ਪੇਂਡੂ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਲੇ ਵੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਨਗੇ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ। ਮੇਰਾ ਨਾਮ ਹਰਪ੍ਰੀਤ ਕੌਰ ਧੂਰੀ, ਨਾਰੀ ਏਕਤਾ ਜਬਰ ਵਿਰੋਧੀ ਫਰੰਟ ਦੀ ਸੂਬਾ ਆਗੂ। ਕੀ ਕਾਰਨ ਹੈ ਜੋ ਡੀਸੀ ਦਫ਼ਤਰ ਸੰਗਰੂਰ ਲੱਗੇ ਤੁਸੀਂ ਇੱਕ ਧਰਨਾ ਪ੍ਰੋਟੈਸਟ ਕਰ ਰਹੇ ਹੋ? ਅੱਜ ਡੀਸੀ ਦਫ਼ਤਰ ਸੰਗਰੂਰ ਵਿਖੇ ਜੋ ਧਰਨਾ ਜਾਰੀ ਕੀਤਾ ਉਹ ਕਿਰਤੀ ਲੋਕਾਂ ਦੀਆਂ ਮੰਗਾਂ ਲਈ ਆ। ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ, 5-5 ਮਰਲੇ ਦੇ ਪਲਾਟ, ਸੋ ਨਰੇਗਾ ਦੀ ਦਿਹਾੜੀ ਵਧਾਉਣ ਖਾਤਰ, ਸੋ ਜਿਹੜੀਆਂ ਮਤਲਬ ਕਿ ਮਜ਼ਦੂਰਾਂ ਦੀਆਂ ਜਿਹੜੇ ਕਰਜ਼ੇ ਸੀਗੇ, ਕਰਜ਼ੇ ਮਾਫੀ ਨੂੰ ਲੈ ਕੇ ਇਹ ਮੰਗਾਂ ਰੱਖੀਆਂ ਗਈਆਂ ਨੇ। ਸੋ ਅਸੀਂ ਇਹੀ ਕਹਿੰਦੇ ਹਾਂ ਪੰਜਾਬ ਸਰਕਾਰ, ਜਿਹੜੇ ਕਿਰਤੀ ਲੋਕ ਨੇ, ਜਿਹੜੇ ਵੋਟਾਂ ਪਾਉਂਦੇ ਨੇ, ਵੱਧ ਚੜ੍ਹ ਕੇ ਉਹ ਲੋਕਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਪ੍ਰੋਪਰ ਤਰੀਕੇ ਨਾਲ। ਅਲੋਸਮੈਂਟ ਕਰ ਦਿੰਦੇ ਨੇ ਪਰ ਰਿਟਰਨ ਦੇ ਵਿੱਚ ਜਾਰੀ ਨਹੀਂ ਕੀਤੀਆਂ ਜਾਂਦੀਆਂ। ਉਸ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਦੇ ਅੱਗੇ ਪਿੱਟ ਸਿਆਪਾ ਕਰ ਰਹੇ ਹਾਂ, ਪ੍ਰਸ਼ਾਸਨ ਦਾ, ਸੰਗਰੂਰ ਜ਼ਿਲ੍ਹੇ ਦਾ ਖਾਸ ਕਰਕੇ, ਕਿਉਂਕਿ ਅਸੀਂ ਆਪਣੀਆਂ ਮੰਗਾਂ ਮਨਾਉਣ ਖਾਤਰ ਹੀ ਇੱਥੇ ਅਸੀਂ ਰੋਸ ਮਾਰਚ ਕਰ ਰਹੇ ਹਾਂ। ਪ੍ਰਸ਼ਾਸਨ ਤੁਹਾਡੀਆਂ ਮੰਗਾਂ ਨਹੀਂ ਮੰਨਦਾ ਤਾਂ ਅਗਲਾ ਧਰਨਾ ਪ੍ਰਦਰਸ਼ਨ ਦਾ ਕੀ ਰੂਪ ਲਵੇਗਾ? ਸੋ ਜੋ ਦੇਖੋ ਅਗਲਾ ਪ੍ਰਦਰਸ਼ਨ ਇਹ ਹੋਊਗਾ ਜੋ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਜੋ ਵੀ ਸਾਨੂੰ ਹੁਕਮ ਲਾਊਗੀ ਸਾਡੀ ਜਥੇਬੰਦੀ ਵੱਲੋਂ, ਅਸੀਂ ਇਹਨਾਂ ਦੇ ਨਾਲ ਹਾਂ, ਜੋ ਵੀ ਕਮੇਟੀ ਵੱਲੋਂ ਸਾਨੂੰ ਜਾਰੀ ਕੀਤਾ ਜਾਊਗਾ। ਮੇਰਾ ਨਾਮ ਬਿਮਲ ਕੌਰ ਹੈ, ਮੈਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸੂਬਾ ਆਗੂ ਹਾਂ। ਅਸੀਂ ਅੱਜ ਜੋ ਸਾਡੇ ਲਮਕਦੀਆਂ ਮੰਗਾਂ ਨੇ ਸਾਡੇ ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ, ਉਹਨਾਂ ਮੰਗਾਂ ਨੂੰ ਮੰਗਵਾਉਣ ਲਈ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਕਿ ਸਾਡੇ ਮਜ਼ਦੂਰਾਂ ਦੀਆਂ ਨੰਗੂਣੀਆਂ ਹੀ ਆ ਮੰਗਾਂ ਅੱਜ ਤੱਕ ਮੰਗੀਆਂ ਨਹੀਂ ਗਈਆਂ, ਇਸ ਕਰਕੇ ਅਸੀਂ ਅੱਜ ਤਪਦੀ ਗਰਮੀ ਦੇ ਵਿੱਚ ਮਜ਼ਦੂਰਾਂ ਨੂੰ ਲਾਇਆਬੰਦ ਕਰਕੇ, ਮਜ਼ਦੂਰਾਂ ਨੂੰ ਜਥੇਬੰਦ ਕਰਕੇ ਡੀਸੀ ਦਫ਼ਤਰ ਧਰਨਾ ਲਾਇਆ ਵਾ। ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸੰਘਰਸ਼ ਹੋਰ ਤੇਜ਼ੀ ਦੇ ਨਾਲ ਅਤੇ ਤਿੱਖਾ ਲਿਖਿਆ ਜਾਊਗਾ ਅਤੇ ਜਿਹੜੀ ਪੰਚਾਇਤੀ ਜ਼ਮੀਨ ਦੀਆਂ ਡੰਮੀਆਂ ਬੋਲੀਆਂ ਹੁੰਦੀਆਂ ਨੇ ਉਹਨੂੰ ਰੱਦ ਕੀਤਾ ਜਾਣਾ ਚਾਹੀਦਾ ਅਤੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਸਾਡੇ ਦਲਿਤ ਮਜ਼ਦੂਰਾਂ ਨੂੰ, ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਅਤੇ ਜੋ ਭਗਵੰਤ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਵੀ ਪੰਜਾਬ ਦੇ ਵਿੱਚ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਨੇ, ਚਾਹੇ ਮਜ਼ਦੂਰ ਨੇ ਚਾਹੇ ਛੋਟੀ ਕਿਸਾਨੀ ਨੇ, ਉਹ ਉਹਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਊਗਾ। ਉਹ ਕਹਿਣ ਨੂੰ ਹਾਥੀ ਦੇ ਦੰਦ ਖਾਣ ਨੂੰ ਹੋਰ ਨੇ, ਦਿਖਾਉਣ ਨੂੰ ਹੋਰ ਨੇ। ਭਗਵੰਤ ਮਾਨ ਵੀ ਨਾਟਕਬਾਜ਼ ਆ, ਡਰਾਮੇਬਾਜ਼ ਆ, ਹਕੀਕਤ ਦੇ ਵਿੱਚ ਇਹਨੇ ਮਜ਼ਦੂਰਾਂ ਦੀ ਅੱਜ ਤੱਕ ਕੋਈ ਵੀ ਮੰਗ ਨਹੀਂ ਮੰਨੀ। ਜੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੂਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਉਹ ਭਗਵੰਤ ਮਾਨ ਸਰਕਾਰ ਦਾ ਅਤੇ ਬਾਕੀ ਵੀ ਜਿਹੜੀਆਂ ਵੋਟ ਵਟੋਰੂ ਪਾਰਟੀਆਂ ਨੇ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਜਾਊਗਾ ਅਤੇ ਮਜ਼ਦੂਰਾਂ ਨੂੰ ਸੰਘਰਸ਼ ਕਰਨ ਦੇ ਲਈ ਜਥੇਬੰਦ ਕੀਤਾ ਜਾਊਗਾ। ਮੈਂ ਮੇਜਰ ਸਿੰਘ ਜੀ, ਪਿੰਡ ਉੱਪਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਿੱਚ ਕੰਮ ਕਰਦੇ ਹਾਂ ਗਏ ਅਤੇ ਮੰਗਾਂ ਸਾਡੀਆਂ ਕਾਸਲ ਦੇ ਵਿੱਚ 5 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਚੌਥਾ, ਤਾਂ ਇਹਨਾਂ ਨੇ ਵਾਅਦੇ ਕਰੇ ਤੇ ਗਏ, ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ। ਅਸਲ ਦੇ ਵਿੱਚ ਜਿਹੜੀ ਬਾਦਲ ਦੀ ਗੱਲ ਕਰਦੇ ਤੇ ਸਾਨੂੰ ਬਾਦਲ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ। ਇਹ ਤਾਂ ਸਰਕਾਰ ਜਿਹੜੀ ਹੈਗੀ ਆ ਦੂਜੀਆਂ ਸਰਕਾਰਾਂ ਨੂੰ ਵੀ ਨਿਕੰਮੀ ਸਰਕਾਰ ਆ ਜੀ ਇਹ। ਅਤੇ ਹੁਣ ਪੰਚਾਇਤੀ ਜ਼ਮੀਨ ਦੀ ਗੱਲ ਕਰਨੀ ਹੋ ਵੀ ਪੰਚਾਇਤੀ ਜ਼ਮੀਨ 1964 ਦਾ ਜਿਹੜਾ ਕਾਨੂੰਨ ਬਣਿਆ ਹੋਇਆ ਗਾ ਵੀ ਜਿਹੜੀ ਤੀਜੇ ਹਿੱਸੇ ਦੀ ਰਿਜ਼ਰਵ ਕੋਟੀ ਦੀ ਜ਼ਮੀਨ ਹੈਗੀ ਵੀ ਸਸਤੇ ਰੇਟਾਂ ਦੇ ਉੱਤੇ ਮਜ਼ਦੂਰਾਂ ਨੂੰ ਮਿਲਣੀ ਚਾਹੀਦੀ ਹੈਗੀ, ਪਰ ਉਹ ਵੀ ਸਾਨੂੰ ਜਿਹੜੀ ਸੰਘਰਸ਼ ਕਰਕੇ ਮਿਲਦੀ ਹੈਗੀ, ਬਿਨਾਂ ਸੰਘਰਸ਼ ਤੋਂ ਸਾਨੂੰ ਬਿਲਕੁਲ ਜਿਹੜੀ ਜ਼ਮੀਨ ਆ ਉਹ ਨਹੀਂ ਮਿਲਦੀ ਜੀ।
ਅੱਗੇ ਦਾ ਸੰਘਰਸ਼ ਕਿਸ ਤਰ੍ਹਾਂ ਦਾ ਰਹੇਗਾ? ਅੱਗੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਜੀ। ਜੇ ਸਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਅੱਜ ਨਾ ਮੰਨੀਆਂ ਗੀਆਂ ਤਾਂ ਜਿਹੜਾ ਸੰਘਰਸ਼ ਆ ਸਾਡਾ ਇਦੂ ਹੋਰ ਅਸੀਂ ਵੱਧ ਕੇ ਕਰਾਂਗੇ, ਤਾਂ ਪਿੰਡਾਂ ਦੇ ਵਿੱਚ ਵੀ ਜਦੋਂ ਫਿਰ ਸਾਡੀਆਂ ਸੱਥਾਂ ਦੇ ਵਿੱਚ ਇਹ ਆਉਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਜੀ। ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ। ਹਮਾਰੇ ਪਾਸ ਵੈਨ